ਭਾਵੇਂ ਕਿ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੀ ਪੰਜਾਬ ਏਕਤਾ ਪਾਰਟੀ ਵੀ ਬਣਾ ਲਈ ਹੈ ਅਤੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਵੀ ਐਲਾਨ ਕਰ ਦਿੱਤੇ ਨੇ। ਅਜੇ ਵੀ ਉਹਨਾਂ ਦੀ ਆਮ ਆਦਮੀ ਪਾਰਟੀ ਵਿੱਚ ਵਾਪਸੀ ਦੀਆਂ ਅਫਵਾਹਾਂ ਲਗਾਤਾਰ ਉੱਡ ਰਹੀਆਂ ਨੇ। ਇਸ ਬਾਰੇ ਜਦੋਂ ਸੁਖਪਾਲ ਸਿੰਘ ਖਹਿਰਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦਾ ਕੀ ਜਵਾਬ ਦਿੱਤਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਦੇਰ ਇਜ਼ ਅ ਸਕੋਪ ਦੈਟ ਆਈ ਵਿਲ ਐਵਰ ਇਨ ਮਾਈ ਲਾਈਫ ਗੋ ਬੈਕ ਟੂ ਸੱਚ ਏ ਡਿਕਟੇਟੋਰੀਅਲ ਪਾਰਟੀ, ਦੈਟ ਇਜ਼ ਐਬਸੋਲੂਟਲੀ ਰੂਲਡ ਆਊਟ ਲਾਈਕ ਦਿਸ। ਔਰ ਇੱਕ ਮਿੰਟ ਜੀ, ਅਰਵਿੰਦ ਕੇਜਰੀਵਾਲ ਨੇ ਲਾਸਟ ਜਿਹੜਾ ਰਹਿ ਗਈ ਸੀ ਕੋ ਕਸਰ ਅਲਕਾ ਲਾਂਬਾ ਨੂੰ ਵੀ ਕੱਢ ਕੇ ਪਾਸੇ ਕਰ ਦਿੱਤਾ। ਔਰ ਅਲਕਾ ਲਾਂਬਾ ਨੇ ਕੀ ਲਫ਼ਜ਼ ਵਰਤੇ ਨੇ, ਉਹ ਕਹਿੰਦੇ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਆਪਣਾ ਭਾਰਤ ਰਤਨ ਦੇ ਇਸ਼ੂ ਦੇ ਉੱਤੇ ਡਿਬੇਟ ਕੀਤਾ ਅਤੇ ਬਾਅਦ ਵਿੱਚ ਆਪਣਾ ਜਾ ਕੇ ਅਰਵਿੰਦ ਕੇਜਰੀਵਾਲ ਕੋ ਪੱਖ ਰੱਖਿਆ ਅਤੇ ਇੱਕ MLA ਔਰਤ ਨੂੰ ਕਹਿ ਰਿਹਾ ਕਿਆ ਬਖਤੀ ਹੋ, ਉਹ ਕਹਿੰਦੀ ਆਈ ਵਾਜ਼ ਸ਼ੌਕਡ ਕੇ ਕਹਿੰਦੇ ਉਹਨੇ ਕਿਹਾ ਕਿ ਮੈਂ ਉਹਨੂੰ ਯਕੀਨ ਦਿਵਾਉਣ ਵਾਸਤੇ ਮੈਂ ਕਿਹਾ ਜੀ ਮੈਂ ਇਹੀ ਬੱਕਰੀ ਹੂੰ ਜੋ ਆਪਣੇ ਸੁਣਾ ਹੈ। ਫਿਰ ਉਹ ਕਹਿੰਦਾ ਕਿ ਉਹ ਕਹਿੰਦੀ ਆ ਕਿ ਸਾਡੇ MLA ਨੂੰ ਦਿੱਲੀ ਵਿੱਚ ਟੁੱਚੇ ਕਹਿੰਦਾ, ਟੁੱਚੇ ਗਵਾਰ ਟੁੱਚੇ। ਆਈ ਕੈਨ ਨੈਵਰ ਐਵਰ ਥਿੰਕ ਆਫ ਗੋਇੰਗ ਬੈਕ ਟੂ ਦੈਟ ਪਾਰਟੀ। ਮੈਂ ਦੱਸ ਦਿੰਦਾ ਜੀ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਝੂਠ ਬੋਲਣ ਦੀ ਆਦਤ ਪੈ ਚੁੱਕੀ ਹੈ। ਪਹਿਲਾਂ ਵੀ ਉਹ ਕਹਿੰਦੇ ਸਨ ਕਿ ਬਸਪਾ ਨਾਲ ਸਾਡੀ ਗੱਠਜੋੜ ਦੀ ਗੱਲ ਚੱਲਦੀ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਮੇਰੇ ਕੋਲ ਮਾਸਟਰ ਬਲਦੇਵ ਸਿੰਘ ਜੀ ਬੈਠੇ ਨੇ, ਇਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਕੀਤਾ ਹੋਇਆ ਸੀਗਾ। ਇਹਨਾਂ ਦੇ ਇੱਕ ਪਾਸੇ ਇਸ਼ਤਿਹਾਰ ਲੱਗ ਰਹੇ ਨੇ ਉਮੀਦਵਾਰੀ ਦੇ, ਇਹਨਾਂ ਦੇ ਬਾਰੇ ਕਲੇਮ ਕਰ ਰਹੇ ਨੇ, ਉਹਨਾਂ ਨੂੰ ਝੂਠ ਬੋਲਣ ਦੀ ਜਿੱਦਾਂ ਆਦਤ ਪੈ ਗਈ ਹੁੰਦੀ ਨਾ, ਉਹ ਤੁਰੇ ਹੀ ਆਉਂਦੇ ਝੂਠ ਬੋਲਦੇ। ਅਲਾਇੰਸ ਬਾਰੇ ਕਹਿੰਦੇ ਰਹੇ, ਇੱਕ ਪਾਸੇ ਅਲਾਇੰਸ ਸਾਡਾ ਫਾਈਨਲਾਈਜ਼ ਹੋ ਰਿਹਾ, ਇੱਕ ਪਾਸੇ ਆਮ ਆਦਮੀ ਦੇ ਪੰਜਾਬ ਦੇ ਭਗਵੰਤ ਮਾਨ ਨੂੰ ਕਹੀ ਜਾਣ, ਬਸਪਾ ਤਾਂ ਸਾਡੇ ਨਾਲ ਗੱਲ ਕਰ ਰਹੀ ਹੈ, ਟਕਸਾਲੀ ਦਾ ਸਾਡੇ ਨਾਲ ਗੱਲ ਕਰ ਰਹੇ, ਜਸਟ ਟੂ ਕਨਫਿਊਜ਼ ਦ ਮੈਟਰਸ। ਔਰ ਬਲਦੇਵ ਸਿੰਘ ਜੀ ਦੇ ਇਸ਼ਤਿਹਾਰ ਲੱਗ ਰਹੇ ਨੇ ਅਤੇ ਇਹਨਾਂ ਮੁਤਲਕ ਕਿਹਾ ਜਾ ਰਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਘਰ ਵਾਪਸੀ ਕਰਦੇ ਨੇ। ਦੇਖੋ, ਇਨਫੋਰਮਲੀ MLAs ਜਿਹੜੇ ਨੇ ਆਪਸ ਵਿੱਚ ਉੱਥੇ ਮਿਲਦੇ ਬੈਠਦੇ ਰਹਿੰਦੇ ਨੇ, ਔਰ ਜਿਹੜਾ ਉਹਨਾਂ ਨੇ ਗੱਲ ਕੀਤੀ ਅਤੇ ਸਾਡੇ MLA ਨੇ ਕਿਹਾ ਕਿ ਠੀਕ ਹੈ ਤੁਸੀਂ ਗੱਲ ਕਰੋ ਤਾਂ ਗੱਲ ਕਰੋ ਪੂਰੀ ਸਮੁੱਚੀ, ਫਿਰ ਉਹਨਾਂ ਦੀ ਨਫ਼ਰਤ ਦੀ ਭਾਵਨਾ ਜਾਗਦੀ ਹੈ। ਉਹ ਕਹਿੰਦੇ ਜਿੱਥੇ ਖਹਿਰਾ ਵਾ ਉੱਥੇ ਅਸੀਂ ਕੁਛ ਨਹੀਂ ਕਦੀ ਸੋਚ ਸਕਦੇ, ਅਤੇ ਮੈਂ ਕਿਹੜਾ ਉਹਨਾਂ ਦੇ ਪਿੱਛੇ ਬਹੁਤ ਕੋਈ ਕਾਲਾ ਫਿਰਦਾ ਵਾਂ ਜਾਂ ਕੋਈ ਮੈਂ ਬਹੁਤ ਕਾਲਾ ਕਿ ਉਹਨਾਂ ਦੀ ਪਾਰਟੀ ਚਾਹੀਦੀ, ਤਾਂ ਹੀ ਮੈਂ ਕਾਟਾ ਮਾਰਿਆ ਚੰਗੀ ਤਰ੍ਹਾਂ ਨਾਲ ਜਿਹੜੇ ਸੁਣਦੇ ਨੇ ਘੱਟ ਵੱਧ। ਸੁਖਪਾਲ ਸਿੰਘ ਖਹਿਰਾ ਨੇ ਗੱਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਮਜ਼ਾਕ ਵੀ ਉਡਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ 13 ਵਿੱਚੋਂ 12 ਸੀਟਾਂ 'ਤੇ ਆਪ ਦੀ ਜ਼ਮਾਨਤ ਜ਼ਬਤ ਹੋਣੀ ਹੈ। ਵਾਹਿਗੁਰੂ ਦਾ ਇਸੇ ਕਿ ਗੱਲਬਾਤ ਨਾ ਕਰੋ, ਪਰ ਉਹ ਗੱਲਬਾਤ ਮਿਸਰਿਪੋਰਟ ਹੋ ਰਹੀ ਆ। ਉਹ ਹੈ ਉਹ ਪਾਰਟੀ ਟੂ ਪਾਰਟੀ ਵਿੱਚ ਘਰ ਵਾਪਸੀ ਦੀ ਨਹੀਂ ਗੀ, ਦੈਟ ਇਜ਼ ਅਬਾਊਟ ਅਲਾਇੰਸ। ਕਿਉਂਕਿ ਮੈਂ ਉਹਨਾਂ ਨੂੰ ਇਹ ਔਫਰ ਦਿੱਤੀ ਸੀਗੀ ਕਿ ਆਮ ਆਦਮੀ ਪਾਰਟੀ ਦੀ 13 ਸੀਟਾਂ 'ਚੋਂ 12 'ਤੇ ਤਾਂ ਜ਼ਮਾਨਤ ਜ਼ਬਤ ਆ, ਔਰ ਇਹ ਗੱਲਾਂ ਦੀਵਾਰਾਂ ਦੇ ਉੱਤੇ ਲਿਖੀਆਂ, ਮੈਂ ਨਹੀਂ ਕਹਿ ਰਿਹਾ, ਉਹਨਾਂ ਨੂੰ ਵੀ ਪਤਾ ਵਾ ਕਿ ਸਾਡੀ ਜ਼ਮਾਨਤ ਜ਼ਬਤ ਆ। ਅਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਅਗਰ ਇੱਕ ਸੀਟ ਦੇ ਉੱਤੇ ਅਗਰ ਉਹ ਸਹਿਮਤ ਹੁੰਦੇ ਨੇ ਤਾਂ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਵਿੱਚ ਆਪਣਾ ਪੱਖ ਰੱਖ ਦਿਆਂਗੇ। ਗੱਲ ਉਹਨਾਂ ਨੂੰ ਸਾਡੇ ਅਲਾਇੰਸ ਵਿੱਚ ਸ਼ਾਮਿਲ ਕਰਨ ਦੀ ਸਕੋਪ 'ਤੇ ਜਿਹੜੀ ਚਰਚਾ ਚੱਲੀ ਸੀਗੀ ਉਹਦੇ 'ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅਗਰ ਗੱਲ ਕਰ ਸਕਦੇ ਹਾਂ ਕਰ ਲਓ, ਲੇਕਿਨ ਉਹ ਅਖਬਾਰ ਦੇ ਵਿੱਚ ਇਸ ਤਰ੍ਹਾਂ ਪੇਸ਼ ਹੋਇਆ ਜਿੱਦਾਂ ਅਸੀਂ ਕੋ ਪਾਰਟੀ ਛੱਡ ਕੇ ਪਾਰਟੀ ਬਦਲ ਕੇ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਜਾ ਰਹੇ, ਦੈਟ ਇਜ਼ ਦੀ ਕਲੈਰੀਫਿਕੇਸ਼ਨ। ਦਰਅਸਲ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੂੰ ਲੈ ਕੇ ਇਹ ਚਰਚਾਵਾਂ ਚੱਲ ਰਹੀਆਂ ਨੇ ਅਤੇ ਕਈ ਅਖਬਾਰਾਂ ਨੇ ਵੀ ਇਹ ਖਬਰਾਂ ਛਾਪੀਆਂ ਕਿ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਉਹਨਾਂ ਦੇ ਜੋ ਨਾਲ ਬਾਗੀ MLA ਸਨ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਕਰ ਸਕਦੇ ਨੇ। ਉਹਨਾਂ ਦੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੇ ਨਾਲ ਗੱਲਬਾਤ ਚੱਲ ਰਹੀ ਹੈ। ਇਸੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਸ ਗੱਲ ਦਾ ਜਵਾਬ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਦੇ ਵੀ ਨਹੀਂ ਹੋਏਗਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਵਾਪਸੀ ਕਰਨਗੇ। ਉਹਨਾਂ ਨੇ ਤਾਂ ਆਪਣੀ ਪਾਰਟੀ ਵੀ ਬਣਾ ਲਈ ਹੈ ਅਤੇ ਆਪਣੇ ਉਮੀਦਵਾਰ ਵੀ ਐਲਾਨ ਕਰ ਦਿੱਤੇ ਨੇ।
ਮਾਸਟਰ ਬਲਦੇਵ ਸਿੰਘ ਨੂੰ ਲੈ ਕੇ ਵੀ ਇਹ ਚਰਚਾ ਚੱਲ ਰਹੀ ਸੀ ਕਿ ਉਹ ਵੀ ਆਪ ਦੇ ਵਿੱਚ ਵਾਪਸੀ ਕਰ ਸਕਦੇ ਨੇ, ਉਹਨਾਂ ਦੀ ਆਪ ਦੇ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਮਾਸਟਰ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮੇਰੇ ਤਾਂ ਲੋਕ ਸਭਾ ਦੀ ਉਮੀਦਵਾਰੀ ਨੂੰ ਲੈ ਕੇ ਹੁਣ ਹਲਕੇ ਦੇ ਵਿੱਚ ਪੋਸਟਰ ਵੀ ਲੱਗ ਚੁੱਕੇ ਨੇ ਪੰਜਾਬ ਏਕਤਾ ਪਾਰਟੀ ਦੇ ਵੱਲੋਂ, ਫਿਰ ਮੈਂ ਆਪ ਦੇ ਵਿੱਚ ਵਾਪਸੀ ਕਿਵੇਂ ਕਰ ਸਕਦਾ। ਅਜਿਹਾ ਹੀ ਹਾਲ ਬਾਕੀ ਵਿਧਾਇਕਾਂ ਨੂੰ ਲੈ ਕੇ ਵੀ ਹੈ, ਕਿਉਂਕਿ ਅੱਜ ਕੱਲ੍ਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਬਾਕੀ ਬਾਗੀ MLA ਦੇਖਣ ਨੂੰ ਨਹੀਂ ਮਿਲਦੇ। ਕਵਰ ਸੰਧੂ, ਰਾਜਰ ਸਿੰਘ ਮਾਨਛਈਆ, ਦੇਵਦੇਵ ਸਿੰਘ ਕਮਾਲੂ, ਉਹਨਾਂ ਵਿੱਚੋਂ ਕੋਈ ਵੀ MLA ਸੁਖਪਾਲ ਸਿੰਘ ਖਹਿਰਾ ਦੇ ਨਾਲ ਅੱਜ ਕੱਲ੍ਹ ਦਿਖਾਈ ਨਹੀਂ ਦਿੰਦਾ। ਇਸੇ ਕਰਕੇ ਸ਼ਾਇਦ ਚਰਚਾਵਾਂ ਇਹ ਹੋਰ ਵੀ ਤੇਜ਼ ਹੋ ਗਈਆਂ ਸਨ ਕਿ ਸ਼ਾਇਦ ਉਹ ਸੁਖਪਾਲ ਸਿੰਘ ਖਹਿਰਾ ਦਾ ਸਾਥ ਛੱਡ ਕੇ ਆਪ ਦੇ ਵਿੱਚ ਵਾਪਸੀ ਕਰ ਸਕਦੇ ਨੇ। ਪਰ ਇਹਨਾਂ ਸਾਰੀਆਂ ਚਰਚਾਵਾਂ ਤੇ ਅਫਵਾਹਾਂ ਤੇ ਸੁਖਪਾਲ ਸਿੰਘ ਖਹਿਰਾ ਨੇ ਪੂਰੀ ਤਰ੍ਹਾਂ ਵਿਰਾਮ ਲਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਹੁਣ ਕਦੇ ਵੀ ਨਹੀਂ ਹੋਏਗਾ। ਪਰ ਆਮ ਆਦਮੀ ਪਾਰਟੀ ਦਾ ਇਹ ਰਵੱਈਆ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਘਿਰਿਆ ਹੋਇਆ ਹੈ ਕਿ ਜੇਕਰ ਕੁਝ ਅਜਿਹੀ ਗੱਲ ਨਹੀਂ ਹੁੰਦੀ ਤਾਂ ਆਪ ਅਜਿਹੀਆਂ ਅਫਵਾਹਾਂ ਕਿਉਂ ਉਡਾਉਂਦੀ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਆਪ ਦੇ ਵੱਲੋਂ ਅਜਿਹੀਆਂ ਖਬਰਾਂ ਲਵਾਈਆਂ ਜਾਂਦੀਆਂ ਨੇ, ਅਜਿਹੀਆਂ ਚਰਚਾਵਾਂ ਉਡਾਈਆਂ ਜਾਂਦੀਆਂ ਨੇ ਕਿ ਆਪ ਵਿਧਾਇਕ ਉਹਨਾਂ ਵਿੱਚ ਵਾਪਸੀ ਕਰ ਸਕਦੇ ਨੇ। ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਕਹਿੰਦੇ ਸਨ ਕਿ ਗੱਠਜੋੜ ਨੂੰ ਲੈ ਕੇ ਬਸਪਾ ਦੇ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਹੈ। ਜਦ ਬਸਪਾ ਦੇ ਪੰਜਾਬ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸਾਡੀ ਭਗਵੰਤ ਮਾਨ ਦੇ ਨਾਲ ਨਾ ਤਾਂ ਕੋਈ ਮੀਟਿੰਗ ਹੋਈ ਹੈ ਅਤੇ ਨਾ ਹੀ ਗੱਠਜੋੜ ਨੂੰ ਲੈ ਕੇ ਕੋਈ ਗੱਲ ਚੱਲਦੀ ਹੈ। ਉਸ ਤੋਂ ਬਾਅਦ ਆਪ ਨੇ ਆਪਣੇ ਕਦਮ ਪਿੱਛੇ ਖਿੱਚੇ ਸਨ ਅਤੇ ਬਸਪਾ ਜੋ ਕਿ ਬਹੁਜਨ ਸਮਾਜ ਪਾਰਟੀ ਹੈ ਉਹ PDA ਦੇ ਵਿੱਚ ਉਸਨੇ ਆਪਣੇ ਉਮੀਦਵਾਰ ਵੀ ਹੁਣ ਐਲਾਨ ਕਰ ਦਿੱਤੇ ਨੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਜੋ ਬਾਗੀ ਵਿਧਾਇਕਾਂ ਦੀਆਂ ਨੇ ਉਸ 'ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲੱਗ ਚੁੱਕਾ ਹੈ। ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇਸ 'ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਇਸ ਦੇ ਵਿੱਚ ਕੋਈ ਸੱਚਾਈ ਲੱਗਦੀ ਹੈ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਹੁਣ ਬਾਗੀ ਵਿਧਾਇਕ ਜੋ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਚੁੱਕੇ ਨੇ ਉਹ ਆਪ ਦੇ ਵਿੱਚ ਵਾਪਸੀ ਕਰ ਸਕਦੇ ਨੇ? ਇਸ ਬਾਰੇ ਤੁਹਾਨੂੰ ਕੋਈ ਸੱਚਾਈ ਲੱਗਦੀ ਹੈ? ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦ ਪੰਜਾਬ TV ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ। ਜੇਕਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ YouTube ਤੇ ਦ ਪੰਜਾਬ TV ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈਲ ਵਾਲਾ ਬਟਨ ਕਲਿੱਕ ਜ਼ਰੂਰ ਕਰ ਲੈਣਾ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਜਰਵਾਂਗਾ, ਤੁਸੀਂ ਬਣੇ ਰਹੋ ਦ ਪੰਜਾਬ TV ਦੇ ਨਾਲ। ਤਾਂ ਜਦੋਂ ਉਹਨਾਂ ਨੇ ਕਿਹਾ ਤਾਂ ਜਿੱਥੇ ਖਹਿਰਾ ਹੈਗਾ ਜੋ ਉਹਨਾਂ ਦੀ ਆਦਤ ਰੂਟੀਨ ਬਣੀ ਹੋਈ ਆ, ਅਲਾਇੰਸ ਵਿੱਚ ਪਹਿਲਾਂ ਵੀ ਗੱਲ ਚੱਲੀ ਸੀ, ਉਹ ਕਹਿੰਦੇ ਜਿੱਥੇ ਖਹਿਰਾ ਦੇ ਬਹਿਸ ਨੇ ਅਸੀਂ ਕਦੀ ਸੋਚ ਵੀ ਨਹੀਂ ਸਕਦੇ। ਸੋ ਕੁਐਸਚਨ ਇਜ਼ ਕਿ ਉਹਨਾਂ ਦੀ ਜਿਹੜੀ ਸਾਰੀ ਇੰਟੈਂਸ਼ਨ ਹੈ ਇਲੈਕਸ਼ਨ ਨੂੰ ਲੈ ਕੇ ਔਰ ਨਫ਼ਰਤ ਦੀ ਭਾਵਨਾ, ਇਟ ਇਜ਼ ਨੋਟ ਪੰਜਾਬ ਦੇ ਹਿੱਤ ਵਿੱਚ ਕੋਈ ਗੱਲ ਨਹੀਂ ਕਿ ਨਫ਼ਰਤ ਦੀ ਭਾਵਨਾ ਦੇ ਨਾਲ ਕੰਮ ਕੀਤਾ ਜਾ ਰਿਹਾ। ਠੀਕ ਹੈ ਜੀ, ਦੇਖੋ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਆ ਉਹ 2 ਟਾਈਮ ਸਿਟਿੰਗ MP ਆ, ਉੱਥੇ ਕੈਬਨਿਟ ਦੀ ਮਿਨਿਸਟਰ ਆ, ਆਪਣਾ ਐਲਾਨ ਬਠਿੰਡੇ ਵਿੱਚ ਕਰ ਨਹੀਂ ਰਹੀ ਡਰਦੀ ਅਤੇ ਦੂਜਿਆਂ 'ਤੇ ਟਿੱਪਣੀ ਕਰ ਰਹੀ ਹੈ ਕਿ ਉਹਨਾਂ ਦੀ ਜ਼ਮਾਨਤ ਜ਼ਬਤ ਆ। ਮੈਂ ਉਸ ਈਸ਼ਵਰ ਪਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਕਿ ਇਸ ਵਾਰ ਹੈਰਾਨਜਨਕ ਨਤੀਜੇ ਨਿਕਲਣਗੇ ਔਰ ਲੋਕਾਂ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਪ੍ਰਤੀ ਬਹੁਤ ਗੁੱਸਾ ਵਾ ਔਰ ਅਕਾਲੀ ਦਲ ਦੇ ਪ੍ਰਤੀ ਵਿਸ਼ੇਸ਼ ਤੌਰ 'ਤੇ ਗੁੱਸਾ ਵਾ ਕਿ ਜੋ ਕੁਛ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਅਤੇ ਦੋਸ਼ੀਆਂ ਨੂੰ ਬਚਾਇਆ, ਬਹਿਬਲ ਕਲਾਂ ਦੇ ਵਿੱਚ 2 ਸਿੱਖ ਨੌਜਵਾਨਾਂ ਦੇ ਕਤਲ ਹੋਣ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਬਚਾਇਆ ਔਰ SIT ਦੀ ਪ੍ਰੋਸੀਡਿੰਗਸ ਨੂੰ ਅੱਗੇ ਨਾ ਲਿਜਾ ਕੇ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਦੇ ਪਦ ਚਿੰਨ੍ਹਾਂ 'ਤੇ ਚੱਲ ਰਹੇ ਨੇ। ਉਹੀ ਹਿਫਾਜ਼ਤ ਜਿਹੜੀ ਸੁਖਬੀਰ ਬਾਦਲ ਪੁਲਿਸ ਵਾਲਿਆਂ ਦੀ ਕਰਦਾ ਸੀ ਹੁਣ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦਾ ਐਡਵੋਕੇਟ ਜਨਰਲ ਆਫਿਸ ਹੈਜ਼ ਫਲੋਪਡ, ਇਟ ਹੈਜ਼ ਫੇਲਡ ਕਿ ਇੱਕ ਪਾਸੇ ਬਹਿਬਲ ਕਲਾਂ ਦੇ ਵਿੱਚ ਗੋਲੀ ਮਾਰਨ ਵਾਲੇ 302 ਕਾਤਲਾਂ ਦੇ ਜਦੋਂ ਕੇਸ ਸੁਣੇ ਜਾਂਦੇ ਸੀ ਹਾਈਕੋਰਟ ਵਿੱਚ ਜਿੱਥੇ ਉਹਨਾਂ ਨੂੰ ਬਲੈਂਕਟ ਬੇਲਸ ਮਿਲ ਰਹੀਆਂ, ਐਡਵੋਕੇਟ ਜਨਰਲ ਅਤੁਲ ਨੰਦਾ ਆਪ ਖੁਦ ਜਾਣ ਬੁੱਝ ਕੇ ਗੈਰ ਹਾਜ਼ਰ ਰਹਿੰਦਾ ਸੀਗਾ। ਇਟ ਇਜ਼ ਏ ਪਾਰਟ ਆਫ ਦੀ ਸਟ੍ਰੈਟਜੀ ਆਫ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ ਟੂ ਹੈਲਪ ਪੁਲਿਸ ਆਫਿਸਰਸ ਆਫ ਦ ਸਟੇਟ
ਹੂ ਹੈਵ ਕਿਲਡ ਆਵਰ ਇਨੋਸੈਂਟ ਚਿਲਡਰਨ ਇਨ ਬਰੂਟਲ ਪੁਲਿਸ ਫਾਇਰਿੰਗ, ਹੈਵ ਇੰਡਲਜਡ ਇਨ ਬਰੂਟਲ ਲਾਠੀ ਚਾਰਜ, ਐਂਡ ਲੈਟ ਮੀ ਕੈਟੇਗੋਰੀਕਲੀ ਸਟੇਟ ਕਿ ਅਮਰਿੰਦਰ ਸਿੰਘ ਉਹੀ ਪੋਲਿਸੀ ਪਰਸੂ ਕਰ ਰਿਹਾ ਜਿਹੜੀ ਬਾਦਲ ਦੀ ਸੀਗੀ, ਅਤੇ ਦੋਨਾਂ ਦੀ ਉਹੀ ਪੋਲਿਸੀ ਆ ਜਿਹੜੀ ਉੱਪਰ ਦਿੱਲੀ ਵਿੱਚ ਡੂੰਗੀ ਰਣਨੀਤੀ ਦਾ ਇੱਕ ਸਬੂਤ ਹੈ। ਉਹ ਬੈਠੇ ਦਿੱਲੀ ਦੇ ਜਿਹੜੇ ਡੀ ਜੀ ਪੀ ਪੰਜਾਬ ਦੇ ਲਵਾਉਂਦੇ ਨੇ, ਜਿਹੜੇ ਅਮਰਿੰਦਰ ਸਿੰਘ ਦੀ ਪੁਲਿਸ ਡਿਪਾਰਟਮੈਂਟ ਅਤੇ ਹੋਮ ਡਿਪਾਰਟਮੈਂਟ ਨੂੰ ਡੋਵਲ ਸਾਹਿਬ ਚਲਾ ਰਹੇ ਨੇ, ਬੀਜੇਪੀ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰਿੰਦਰ ਸਿੰਘ ਨਹੀਂ ਚਲਾ ਰਹੇ, ਪਹਿਲਾਂ ਡੀ ਜੀ ਪੀ ਵੀ ਸੁਰੇਸ਼ ਅਰੋੜਾ ਕੈਪਟਨ ਸਾਹਿਬ ਦੀ ਮਰਜ਼ੀ ਤੋਂ ਬਗੈਰ ਉੱਤੋਂ ਲੱਗਿਆ ਸੀਗਾ, ਅਤੇ ਹੁਣ ਵਾਲਾ ਵੀ ਜਿਹੜਾ ਵਾ ਉਹ ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਲਾਇਆ ਵਾ। ਸੋ ਇੱਕ ਬਹੁਤ ਡੂੰਘੀ ਰਣਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਦੋਸ਼ੀ ਪੁਲਿਸ ਵਾਲੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਮਾਰੇ, ਜਿਨ੍ਹਾਂ ਨੇ ਖਾਲੜਾ ਸਾਹਿਬ ਵਰਗੇ ਇਨੋਸੈਂਟ ਲੋਕਾਂ ਨੂੰ ਚੁੱਕ ਕੇ ਅਤੇ ਫਿਜ਼ੀਕਲੀ ਇਲੀਮੀਨੇਟ ਕਰਤਾ, ਉਹਨਾਂ ਲੋਕਾਂ ਨੂੰ ਅਕਾਲੀ ਦਲ ਦੀ ਸਰਕਾਰ ਨੇ ਨਵਾਜਿਆ ਵਾ। ਉਹਨਾਂ ਨੂੰ ਸੁਮੇਧ ਸਿੰਘ ਸੈਣੀ ਵਰਗਿਆਂ ਨੂੰ ਡੀ ਜੀ ਪੀ ਬਣਾਇਆ, ਆਲਮ ਸੈਨਾ ਜਿਹੜਾ ਮਸ਼ਹੂਰ ਸੀ ਜਿਹੜਾ ਸਿੱਖ ਨੌਜਵਾਨਾਂ ਨੂੰ ਬਿੱਲੀਆਂ ਬਣਾਉਂਦਾ ਸੀ, ਕੈਟ ਬਣਾਉਂਦਾ ਸੀ, ਇਸੇ ਹੀ ਅਖੌਤੀ ਅਕਾਲੀ ਦਲ ਬਾਦਲ ਦੇ ਟੱਬਰ ਨੇ ਉਹਨਾਂ ਨੂੰ ਮਲੇਰਕੋਟਲੇ ਤੋਂ MLA ਬਣਾ ਕੇ ਨਵਾਜਿਆ। ਅੰਡਰਸਟੈਂਡ ਦੈਟ ਦੇਰ ਇਜ਼ ਅ ਵੈਰੀ ਵੈਰੀ ਡੀਪ ਪੋਲਿਸੀ ਟੂਵਰਡਸ ਦ ਸਟੇਟ ਆਫ ਪੰਜਾਬ ਕਿ ਇੱਥੇ ਇਹੋ ਜਿਹੇ ਹੀ ਅਫਸਰ ਲਾਏ ਜਾਣਗੇ ਜਿਹੜੇ ਸਿੱਖਾਂ ਨੂੰ ਅਤੇ ਪੰਜਾਬ ਦੇ ਲੋਕਾਂ ਦੀ ਐਨਹਲੇਸ਼ਨ, ਉਹਨਾਂ ਦੀ ਨਸਲਕੁਸ਼ੀ ਦੇ ਵਿੱਚ ਰੋਲ ਅਦਾ ਕਰਨਗੇ, ਅਤੇ ਫਿਰ ਉਹਨਾਂ ਨੂੰ ਬਚਾਇਆ ਜਾਊਗਾ। ਔਰ ਜਿੱਦਾਂ ਪਹਿਲਾਂ ਬਾਦਲਾਂ ਦੇ ਟਾਈਮ ਇਹਨਾਂ ਦੋਸ਼ੀਆਂ ਨੂੰ ਬਹਿਬਲ ਕਲਾਂ ਦੇ ਗੋਲੀ ਕਾਂਡ ਵਾਲਿਆਂ ਨੂੰ ਬਚਾਇਆ ਬਾਦਲ ਨੇ, ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸੇ ਹੀ ਨੀਤੀ ਦੇ ਤਹਿਤ ਕੰਮ ਕਰ ਰਹੀ, ਇਹ ਮੇਰੇ ਕਹਿਣ ਦਾ ਮਤਲਬ ਸੀ। 100% ਜਿਹੜਾ SIT ਨੇ ਸਡਨਲੀ ਪ੍ਰੋਸੀਡਿੰਗ ਸਲੋਅ ਕਰਤੀਆਂ, ਕਿਸੇ ਤਾਕਤਵਰ ਬੰਦੇ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ, ਮਨਤਾਰ ਬਰਾੜ ਤੋਂ ਅੱਗੇ ਜਿਹੜੀ ਸਿਆਸੀ ਪੌੜੀ ਚੜ੍ਹਨੀ ਸੀ, ਜਿਹੜਾ ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਡੈਮਨਿੰਗ ਐਵੀਡੈਂਸ ਹੈਗਾ ਕਿ ਚੀਫ ਮਿਨਿਸਟਰ 14 ਅਕਤੂਬਰ 2015 ਦੀ ਅੱਧੀ ਰਾਤ ਨੂੰ 2 ਵਜੇ DGP ਨੂੰ ਟੈਲੀਫੋਨ ਕਰਦਾ, ਉਹ ਕਦੇ ਨਹੀਂ ਕਰਦਾ ਸੀਗਾ, ਉੱਦਣ ਹੀ ਗੋਲੀ ਚੱਲਦੀ ਹੈ ਬਹਿਬਲ 'ਚ, ਉੱਦਣ ਹੀ ਗੋਲੀ ਚੱਲਦੀ ਹੈ ਕੋਟਕਪੂਰੇ ਦੇ ਵਿੱਚ। ਸੋ ਦੇਅਰਫੋਰ ਉਹਨਾਂ ਦੀ ਮਿਲੀ ਭੁਗਤ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਆਪਣੇ ਅਕਾਵਾਂ ਨੂੰ ਖੁਸ਼ ਕਰਕੇ SIT ਨੂੰ ਆਲਮੋਸਟ ਡੀਰੇਲ ਕਰ ਦਿੱਤਾ। SIT ਇਜ਼ ਆਲਮੋਸਟ ਔਨ ਦਾ ਵਰਜ ਆਫ ਡੀਰੇਲ, ਔਰ ਸਾਰੇ ਅਫਸਰ ਜਿਹੜਾ ਜਾਂਦਾ ਹਾਈਕੋਰਟ ਵਿੱਚ ਉਹਨੂੰ ਬਲੈਂਕਟ ਬੇਲ ਮਿਲਦੀ, ਬਲੈਂਕਟ ਕੰਬਲ ਤੋਂ ਬਗੈਰ ਘੱਟ ਕੋਈ ਆਉਂਦਾ ਨਹੀਂ ਪੁਲਿਸ ਵਾਲਾ, ਉਧਰੋਂ ਕੰਬਲ ਦੀ ਬੇਲ ਲੈ ਕੇ ਆ ਜਾਂਦੇ ਵਾਪਸ, ਅਤੇ ਮੁੜ ਕੇ SIT ਕਹਿੰਦੀ ਹਮ ਕਿਆ ਕਰੇ, ਉਨਕੋ ਤੋ ਬੇਲ ਮਿਲ ਚੁੱਕੀ ਹੈ, ਦ ਮੈਟਰ ਇਜ਼ ਸਬ ਜੁਡਿਸ, ਦੈਟ ਇਜ਼ ਇਟ।